वाहेगुरु जी का खालसा वाहेगुरु जी की फतेह। अनमोल विचार चैनल विच तुहाडा स्वागत है। अपनी अज दी वीडियो शुरू करन तो पहला एक बेनती आप सब जी दे चरणा दे विच आ कि अज दी वीडियो दा जो विशा है जिस बारे आपां गल बात करन जा रहे हैं ਇਹ ਵਿਸ਼ਾ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦੇ ਲਈ ਨਹੀਂ ਆ। ਇਹ ਤਾਂ ਇੱਕ ਆਪਣੇ ਮਨ ਨੂੰ ਹਲੂਣਾ ਹੈ ਜਾਂ ਕਹਿ ਲਈਏ ਕਿ ਆਪਣੀ ਖੁਦ ਦੀ ਆਪਣੇ ਆਪ ਦੇ ਨਾਲ ਪਹਿਚਾਣ ਕਰਾਉਣ ਦੀ ਗੱਲ ਆ। ਇਸ ਕਰਕੇ ਅੱਜ ਦੀ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਇੱਕ ਗੱਲ ਇੱਕ ਸ਼ਬਦ ਸਾਡੇ ਮਨ ਨੂੰ ਛੂ ਜਾਂਦਾ ਹੈ, ਸਾਡੇ ਮਨ ਨੂੰ ਲੱਗ ਜਾਂਦਾ ਹੈ ਜਾਂ ਕਹਿ ਲਈਏ ਕਿ ਸਾਡੇ ਮਨ ਦੇ ਉੱਤੇ ਅਸਰ ਕਰ ਜਾਂਦਾ ਹੈ ਅਤੇ ਸਾਡਾ ਜ਼ਿੰਦਗੀ ਜਿਉਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ, ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਆ ਸਕਦਾ ਹੈ। ਤਾਂ ਇਸ ਕਰਕੇ ਅੱਜ ਦੀ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਆਪਣੀ ਖੁਸ਼ੀ ਦੀ ਕਿ ਅਸੀਂ ਖੁਸ਼ ਕਿੰਜ ਰਹਿ ਸਕਦੇ ਹਾਂ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਕਿੰਜ ਹੋ ਸਕਦੇ ਹਾਂ। ਤਾਂ ਫਿਰ ਆਪਣੀ ਖੁਸ਼ੀ ਦੇ ਲਈ, ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਤਰੱਕੀ ਹਾਸਲ ਕਰਨ ਦੇ ਲਈ ਅੱਜ ਦੀ ਵੀਡੀਓ ਨੂੰ ਜ਼ਰੂਰ ਸੁਣਨਾ ਅਤੇ ਜੋ ਗੱਲਾਂ ਜੋ ਨੁਕਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਂਝੇ ਕਰਨ ਜਾ ਰਹੇ ਹਾਂ ਨਾ, ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਉਣਾ। ਇਸ ਲਈ ਵੀਡੀਓ ਨੂੰ ਪੂਰਾ ਸੁਣਿਓ। ਜੇ ਵੀਡੀਓ ਚੰਗੀ ਲੱਗੀ ਤਾਂ ਫਿਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਗੁਰੂ ਨਾਨਕ ਦੇਵ ਜੀ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਆਪਣੀ ਅੱਜ ਦੀ ਵੀਡੀਓ ਖਾਸ ਉਹਨਾਂ ਲੋਕਾਂ ਦੇ ਲਈ ਆ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਦੇ ਲਈ, ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਲੋਕਾਂ ਤੋਂ ਆਸ ਲਾ ਕੇ ਬੈਠੇ ਆ, ਜਿਨ੍ਹਾਂ ਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਚਮਤਕਾਰ ਹੋਵੇਗਾ ਜਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਮਨੁੱਖ ਆਵੇਗਾ ਜੋ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫਾਂ ਚਿੰਤਾਵਾਂ ਨੂੰ ਦੂਰ ਕਰ ਦੇਵੇਗਾ, ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਕਾਮਯਾਬੀ ਦੇ ਨਾਲ ਭਰ ਦੇਵੇਗਾ। ਤਾਂ ਜੇਕਰ ਅਸੀਂ ਵੀ ਇਹ ਆਸ ਦੂਸਰਿਆਂ ਤੋਂ ਲਾ ਕੇ ਬੈਠੇ ਹਾਂ ਨਾ, ਤਾਂ ਫਿਰ ਅਸੀਂ ਭੁਲੇਖੇ ਵਿੱਚ ਹਾਂ। ਫਿਰ ਸਾਡੀ ਵੀ ਹਾਲਤ ਰਾਜੇ ਦੀ ਉਸ ਬੇਟੀ ਵਾਂਗ ਆ ਜਿਸ ਰਾਜੇ ਦੀ ਬੇਟੀ ਨੇ ਆਪਣੀ ਇੱਛਾ ਆਪਣੇ ਪਿਤਾ ਅੱਗੇ ਰੱਖੀ ਸੀ ਕਿ ਪਿਤਾ ਜੀ ਮੈਂ ਨੰਗੇ ਪੈਰੀ ਇਸ ਧਰਤੀ ਦੀ ਸੈਰ ਕਰਨਾ ਚਾਹੁੰਦੀ ਹਾਂ, ਇਸ ਕਰਕੇ ਇਸ ਧਰਤੀ ਦੇ ਸਾਰੇ ਹੀ ਕੰਡੇ ਸਾਫ਼ ਕਰਵਾ ਦਿੱਤੇ ਜਾਣ, ਇਹ ਸਾਰੀ ਹੀ ਧਰਤੀ ਨੂੰ ਸਾਫ਼ ਕਰਵਾ ਦਿੱਤਾ ਜਾਵੇ, ਇਹ ਪੂਰੀ ਧਰਤੀ ਦੇ ਉੱਤੇ ਗਲੀਚੇ ਦਰੀਆਂ ਵਿਛਾ ਦਿੱਤੇ ਜਾਣ ਤਾਂ ਜੋ ਮੇਰੇ ਪੈਰਾਂ ਨੂੰ ਧੂਲ ਮਿੱਟੀ ਨਾ ਲੱਗ ਸਕੇ, ਮੇਰੇ ਪੈਰ ਦੇ ਵਿੱਚ ਕੋਈ ਕੰਡਾ ਨਾ ਵੱਜ ਜਾਵੇ। ਅਤੇ ਉਸ ਰਾਜੇ ਨੇ ਵੀ ਇਹ ਕਰਨਾ ਚਾਹਿਆ ਪਰ ਇਹ ਸੰਭਵ ਨਹੀਂ ਸੀ। ਫਿਰ ਕਿਸੇ ਸਿਆਣੇ ਨੇ ਉਹਨੂੰ ਮੱਤ ਦਿੱਤੀ ਕਿ ਰਾਜਨ ਇਹ ਕੰਮ ਜੋ ਤੂੰ ਕਰਨਾ ਚਾਹ ਰਿਹਾ ਹੈ ਇਹ ਸੰਭਵ ਨਹੀਂ ਆ, ਤੂੰ ਸਾਰੀ ਧਰਤੀ ਦੇ ਕੰਡੇ ਨਹੀਂ ਚੁੱਕ ਸਕਦਾ, ਤੂੰ ਸਾਰੀ ਧਰਤੀ ਦੇ ਉੱਤੇ ਗਲੀਚੇ ਦਰੀਆਂ ਨਹੀਂ ਵਿਛਾ ਸਕਦਾ, ਇਹਦੋਂ ਚੰਗਾ ਇਹ ਆ ਕਿ ਤੂੰ ਆਪਣੀ ਬੇਟੀ ਦੇ ਪੈਰਾਂ ਦੇ ਵਿੱਚ ਇੱਕ ਜੁੱਤੀ ਪਵਾ ਦੇਵੇਂ ਤਾਂ ਜੋ ਉਹਦੇ ਪੈਰ ਜ਼ਖਮੀ ਹੋਣ ਤੋਂ ਬਚ ਜਾਣ, ਤਾਂ ਜੋ ਉਹਦੇ ਪੈਰ ਕੰਡਿਆਂ ਤੋਂ ਧੂਲ ਮਿੱਟੀ ਤੋਂ ਬਚ ਜਾਣ। ਤਾਂ ਫਿਰ ਕਹਿੰਦੇ ਇੰਜ ਹੀ ਕੀਤਾ। ਤਾਂ ਬਸ ਆਪਣੇ ਵੀ ਹਾਲਾਤ ਉਹੀ ਆ, ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਖੁਸ਼ ਵੀ ਰਹੀਏ, ਅਸੀਂ ਕਾਮਯਾਬ ਵੀ ਹੋਈਏ, ਪਰ ਇਹ ਆਸ ਲੋਕਾਂ ਤੋਂ ਲਾ ਕੇ ਬੈਠੇ ਆ ਕਿ ਕੋਈ ਦੂਸਰਾ ਮਨੁੱਖ ਸਾਡੀ ਜ਼ਿੰਦਗੀ ਦੇ ਵਿੱਚ ਆਵੇਗਾ, ਉਹ ਸਾਡੀਆਂ ਦੁੱਖ ਤਕਲੀਫਾਂ ਦੂਰ ਕਰੇਗਾ, ਉਹ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਬਣ ਕੇ ਆਵੇਗਾ, ਸਾਡੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਬਣ ਕੇ ਆਵੇਗਾ, ਪਰ ਇਹ ਸੰਭਵ ਨਹੀਂ ਆ। ਦੂਸਰਿਆਂ ਤੋਂ ਆਸ ਉਮੀਦ ਲਾਉਣੀ, ਦੂਸਰਿਆਂ ਦਾ ਸਹਾਰਾ ਤੱਕਣਾ, ਇਹ ਸਾਡੀ ਮੂਰਖ ਮੱਤ ਆ ਕਿਉਂਕਿ ਇਹ ਸੰਭਵ ਹੀ ਨਹੀਂ ਆ। ਜੇ ਅਸੀਂ ਖੁਸ਼ ਰਹਿਣਾ ਹੈ, ਜੇ ਅਸੀਂ ਕਾਮਯਾਬ ਹੋਣਾ ਹੈ ਤਾਂ ਫਿਰ ਸਾਨੂੰ ਖੁਦ ਆਪਣੇ ਮਨ ਨੂੰ ਮਜ਼ਬੂਤ ਕਰਨਾ ਪੈਣਾ ਹੈ। ਜੇ ਮਨ ਮਜ਼ਬੂਤ ਹੋਵੇਗਾ ਨਾ, ਫਿਰ ਸਾਨੂੰ ਕਿਸੇ ਵੀ ਸਹਾਰੇ ਦਾ ਮੁਹਤਾਜ ਨਹੀਂ ਹੋਣਾ ਪੈਣਾ, ਫਿਰ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਦੁੱਖ ਤਕਲੀਫ ਮੁਸੀਬਤਾਂ ਚੁਣੌਤੀਆਂ ਦੇ ਨਾਲ ਖੁਦ ਲੜ ਲਵਾਂਗੇ, ਅਸੀਂ ਕਿਸੇ ਤੋਂ ਆਸ ਨਹੀਂ ਰੱਖਾਂਗੇ, ਅਸੀਂ ਆਪਣਾ ਬਚਾਵ ਖੁਦ ਕਰ ਲਵਾਂਗੇ। ਤਾਂ ਬਸ ਜੇ ਅਸੀਂ ਖੁਸ਼ ਰਹਿਣਾ ਹੈ, ਕਾਮਯਾਬ ਰਹਿਣਾ ਹੈ, ਸਾਨੂੰ ਆਪਣੀ ਜ਼ਿੰਦਗੀ ਦੇ ਕੁਝ ਨਿਯਮ ਬਣਾਉਣੇ ਪੈਣੇ ਆ, ਸਾਨੂੰ
अपने आप दे नाल पहचान करनी पैनी है, क्योंकि साडे अंदर सतगुरु सच्चे पातशाह ने पता नहीं किन्ने गुण किन्नी काबिलियत पा के भेजी आ, पर असी कदे भी अपने गुणा वाल देखदे ही नहीं, असी अपनी काबिलियत नू कदी पहचानिया ही नहीं, असी दूसरियां दी आस उम्मीद ला के बैठे जां फिर दूसरियां दी तरक्की दूसरियां दी कामयाबी नू देख के सड़दे रहिंदे आ, उन्हां वर्गे बनना चाहुंदे आ। पर जिस दिन भी असी अपने अंदर दे गुणा नू अपनी काबिलियत नू पहचान गए ना, फिर साडा मुकाबला कोई भी नहीं कर सकता। तो देखो जी, जेकर आपां अपनी जिंदगी दे विच खुश रहना चाहुंदे आ, कामयाब होना चाहुंदे आ ना, तो सानू अपनी जिंदगी दे कुछ नियम बनाउणे पैणे आ, अपने आप वल ध्यान देना पैणा है। सब तो पहला साडी जिंदगी दे विच उस वाहेगुरु अकाल पुरख जी दा नाम होना जरूरी आ। जदों ही असीं सतगुरु सच्चे पातशाह दा ओट आसरा तक लैंदे आ ना, समझो जिंदगी दे दुख दूर होने शुरू हो गए। तां सब तो पहला काम तां आपां इहो करना है कि दुनिया दी आस उम्मीद छड्ड के सतगुरु सच्चे पातशाह दा आसरा तकना है, सतगुरु सच्चे पातशाह दा नाम अपनी जिंदगी दे विच लैके आउणा है, गुरबाणी दा ज्ञान अपने अंदर लैके आउणा है, क्योंकि जदों ही ज्ञान दा प्रकाश होवेगा तां सानूं सारे रस्ते साफ साफ नजर आउणगे। जदों गुरबाणी दा ज्ञान प्राप्त होवेगा तां सब तो पहला काम की होवेगा, सानूं अपने गुण अपनी काबिलियत अते अपनियां कमियां सब कुछ साफ साफ नजर आवेगा। तां जिस दिन भी असीं अपने गुण अपनी काबिलियत नूं पहचान लिया, अपने अंदर दियां कमियां नूं लभ लिया, उस दिन साडा मुकाबला कोई भी नहीं कर सकदा। उस तों बाद दूसरा कि जेकर जिंदगी दे विच खुश रहना है, कामयाब होना है ना, तां फिर दूसरियां नूं बदलण दी चाह मन विचों कढ देनी आ, आस वी कढ देनी आ, क्योंकि कोई भी साडे करके नहीं बदलेगा, सानू खुद नूं बदलना पैणा है, तां फिर अपने आप नूं बदलना है। ऐसा बदलाव अपनी जिंदगी दे विच लैके आउणा है कि साडे बदलाव नूं देख के दूसरे खुद ब खुद बदलण दे लई मजबूर हो जाण। आपां कोशिश नहीं करनी कि आपां दूसरियां नूं बदलीए, असीं अपने आप नूं ही इस तरीके दे नाल बदल लैणा है। ऐसा चंगा बदलाव लैके आउणा है कि दूसरे साडे वर्गा बनना चाहुण। तीसरा, साडी जिंदगी दे विच जदों भी कुछ गलत हुंदा है, उस गलत होए दा इल्जाम दूसरियां दे सिर नहीं बनना, उहदा कारण लभणा है कि साडे नाल इह गलत क्यों होया, इस गलत तों मैं किंज बच सकदा सी, अते आउण वाली जिंदगी दे विच किंज बच सकदा हां, ਇਹ ਦੁੱਖ ਪਰੇਸ਼ਾਨੀ ਦੁਬਾਰਾ ਮੇਰੀ ਜ਼ਿੰਦਗੀ ਦੇ ਵਿੱਚ ਨਾ ਆਵੇ, ਇਸ ਲਈ ਮੈਂ ਕੀ ਕਰ ਸਕਦਾ ਹਾਂ। ਅਤੇ ਸਭ ਤੋਂ ਜ਼ਰੂਰੀ ਗੱਲ ਕਿ ਆਪਣੇ ਮਨ ਨੂੰ ਮਜ਼ਬੂਤ ਬਣਾਉਣਾ ਹੈ, ਆਪਣੇ ਮਨ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾਉਣੀ ਆ ਕਿ ਮੈਂ ਖੁਸ਼ ਹਾਂ ਅਤੇ ਖੁਸ਼ ਹੀ ਰਹਾਂਗਾ, ਮੈਂ ਕਾਮਯਾਬ ਹਾਂ ਅਤੇ ਕਾਮਯਾਬ ਹੀ ਰਹਾਂਗਾ। ਜਦੋਂ ਅਸੀਂ ਆਪਣੇ ਮਨ ਨੂੰ ਇਹ ਗੱਲ ਵਾਰ ਵਾਰ ਸਮਝਾਉਂਦੇ ਹਾਂ, ਮਨ ਨੂੰ ਮੈਸੇਜ ਦਿੰਦੇ ਹਾਂ, ਤਾਂ ਫਿਰ ਮਨ ਉਸੇ ਹਿਸਾਬ ਦੇ ਨਾਲ ਕੰਮ ਕਰਦਾ ਹੈ। ਭਾਵ ਕਿ ਅਸੀਂ ਜਿੰਨੀਆਂ ਹੀ ਆਪਣੇ ਮਨ ਵਿੱਚ ਪੋਜ਼ਿਟਿਵ ਗੱਲਾਂ ਭਰਾਂਗੇ ਤਾਂ ਇਹ ਪੋਜ਼ਿਟਿਵ ਤਰੀਕੇ ਦੇ ਨਾਲ ਸੋਚਦਾ ਹੈ, ਪਰ ਜਦੋਂ ਹੀ ਅਸੀਂ ਇਹਦੇ ਵਿੱਚ ਨੈਗੇਟਿਵ ਵਿਚਾਰ ਭਰਨੇ ਸ਼ੁਰੂ ਕਰ ਦਿੰਦੇ ਹਾਂ ਤਾਂ ਇਹ ਮਨ ਢੇਰੀ ਢਾ ਜਾਂਦਾ ਹੈ, ਹਿੰਮਤ ਹਾਰ ਜਾਂਦਾ ਹੈ। ਅਤੇ ਸਾਨੂੰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਚੰਗੀ ਤਰ੍ਹਾਂ ਇਹ ਗੱਲ ਸਮਝਾਈ ਆ ਕਿ ਮਨ ਕੇ ਜੀਤੇ ਜੀਤ ਹੈ ਮਨ ਕੇ ਹਾਰੇ ਹਾਰ। ਭਾਵ ਕਿ ਦੁਨੀਆ ਜਿੱਤਣ ਦੇ ਲਈ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਜਿੱਤਣਾ ਜ਼ਰੂਰੀ ਹੈ। ਜਿਸ ਮਨੁੱਖ ਨੇ ਆਪਣੇ ਮਨ ਨੂੰ ਜਿੱਤ ਲਿਆ, ਮਨ ਤੇ ਜਿੱਤ ਹਾਸਲ ਕਰ ਲਈ, ਸਮਝੋ ਉਹਨੇ ਦੁਨੀਆ ਜਿੱਤ ਲਈ। ਤਾਂ ਆਪਾਂ ਵੀ ਆਪਣੇ ਮਨ ਨੂੰ ਕਾਬੂ ਵਿੱਚ ਕਰਨਾ ਹੈ, ਮਨ ਨੂੰ ਮਜ਼ਬੂਤ ਬਣਾਉਣਾ ਹੈ, ਕਿਉਂਕਿ ਸਾਰੀ ਖੇਡ ਇਸ ਦੁਨੀਆ ਦੇ ਵਿੱਚ ਸਾਡੇ ਮਨ ਦੀ ਆ। ਜੇ ਮਨ ਮਜ਼ਬੂਤ ਆ ਤਾਂ ਸਭ ਕੁਛ ਹਾਸਲ ਕਰ ਲਵਾਂਗੇ, ਜੇ ਸਾਡਾ ਮਨ ਹੀ ਕਮਜ਼ੋਰ ਆ, ਜੇ ਸਾਡਾ ਮਨ ਹੀ ਦੂਸਰਿਆਂ ਦੇ ਸਹਾਰੇ ਬੈਠਾ ਹੈ ਕਿ ਕੋਈ ਦੂਸਰਾ ਮਨੁੱਖ ਆਵੇਗਾ ਮੇਰੀ ਜ਼ਿੰਦਗੀ ਦੇ ਦੁੱਖ ਦੂਰ ਕਰੇਗਾ, ਤਾਂ ਫਿਰ ਇਹ ਭੁਲੇਖਾ ਹੈ, ਇਹ ਆਸ ਉਮੀਦ ਸਾਡੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਕਿਉਂਕਿ ਅੱਜ ਤੱਕ ਅਸੀਂ ਲੋਕਾਂ ਦੇ ਲਈ ਕਿੰਨਾ ਕੁ ਕੁਝ ਕੀਤਾ ਜੋ ਲੋਕ ਸਾਡੇ ਲਈ ਕਰਨਗੇ, ਤਾਂ ਇਹ ਆਸ ਉਮੀਦ ਨਹੀਂ ਲਗਾਉਣੀ, ਆਪਣੀਆਂ ਗਲਤੀਆਂ ਦੀ ਜ਼ਿੰਮੇਵਾਰੀ ਖੁਦ ਨੂੰ ਚੁੱਕਣੀ ਪੈਣੀ ਹੈ, ਆਪਣੇ ਆਪ ਨੂੰ ਬਦਲਣਾ ਪੈਣਾ ਹੈ।